ਸੂਟ ਚੋਰੀ ਕਰਨ ਵਾਲਾ ਗੈਂਗ ਫੜਿਆ ਰੰਗੇ ਹੱਥੀ। ਕੋਈ ਕਹਿੰਦਾ ਸਾਡੇ ਸੂਟ ਚੋਰੀ ਕਰਦੀਆਂ ਨੇ ਤਾਂ ਕੋਈ ਕਹਿੰਦਾ ਸਾਡੀਆਂ ਜੁੱਤੀਆਂ। ਤਾਂ ਰੋਜ਼ਾਨਾ ਹੀ ਵੱਖ ਵੱਖ ਸ਼ਹਿਰਾਂ ਤੋਂ ਬੜੇ ਹੀ ਅਜੀਬੋ ਗਰੀਬ ਤਰੀਕੇ ਦੇ ਚੋਰਾਂ ਨੂੰ ਕੈਪਚਰ ਕੀਤਾ ਜਾਂਦਾ ਹੈ। ਤਾਂ ਸਮਾਣੇ ਦੇ ਵਿੱਚ ਕੁਝ ਕੁ ਮਹੀਨਿਆਂ ਤੋਂ ਔਰਤਾਂ ਦੇ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਅਤੇ ਦੁਕਾਨਦਾਰਾਂ ਦੀ ਅੱਖਾਂ 'ਚ ਘੱਟਾ ਪਾ ਕੇ ਕਿੱਦਾਂ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੀਆਂ ਨੇ ਅਤੇ ਸਪੈਸ਼ਲੀ ਕੱਪੜੇ ਚੋਰੀ ਕਰ ਲੈਂਦੀਆਂ ਨੇ ਅਤੇ ਫਿਰ ਬੂਟਾਂ ਦੀ ਦੁਕਾਨਾਂ ਬੜੀ ਸੰਖਿਆ ਦੇ ਵਿੱਚ ਚੋਰੀ ਕਰ ਚੁੱਕੀਆਂ ਨੇ। ਇਹ ਅੱਜ ਦੁਕਾਨਦਾਰਾਂ ਦੇ ਵੱਲੋਂ ਰੰਗੇ ਹੱਥੀਂ ਇਹਨਾਂ ਔਰਤਾਂ ਨੂੰ ਫੜ ਲਿੱਤਾ ਗਿਆ। CCTV ਕੈਮਰਿਆਂ ਤੋਂ ਇਹਨਾਂ ਔਰਤਾਂ ਦੀ ਪਹਿਚਾਣ ਹੁੰਦੀ ਹੈ। ਚੋਰੀ ਦੇ ਸੂਟਾਂ ਸਮੇਤ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਦੁਕਾਨਦਾਰਾਂ ਦੇ ਵੱਲੋਂ। ਤਾਂ 3 ਔਰਤਾਂ ਦੇ ਨਾਲ ਕੋਈ ਵੱਡਾ ਗੈਂਗ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਵਾਰ-ਵਾਰ ਲੋਕਾਂ ਨੂੰ ਫੋਨ 'ਤੇ ਪਿਛਲੀ ਚੋਰੀਆਂ ਦੇ ਪੈਸੇ ਪਾਉਣ ਦੀ ਵੀ ਗੱਲ ਕੀਤੀ ਜਾਂਦੀ ਹੈ। ਤਾਂ ਵੱਡੀ ਗੱਲ ਵੇਖਣ ਨੂੰ ਮਿਲੀ ਹੈ ਕਿ ਦੁਕਾਨਦਾਰਾਂ ਨੇ ਦੱਸਿਆ ਪਿਛਲੇ ਦਿਨਾਂ ਤੋਂ ਉਹਨਾਂ ਦੀ ਦੁਕਾਨਾਂ ਦੇ ਵਿੱਚ ਲਗਾਤਾਰ ਚੋਰੀਆਂ ਹੁੰਦੀਆਂ ਆ ਰਹੀਆਂ ਸੀ। ਤਾਂ ਅੱਜ ਜਿਹੜੀਆਂ ਇਹ ਔਰਤਾਂ ਨੇ ਉਹਨਾਂ ਦੇ ਅੜਿੱਕੇ ਚੜੀਆਂ ਨੇ CCTV ਦੀ ਮਦਦ ਦੇ ਨਾਲ ਕਿਸ ਤਰੀਕੇ ਨਾਲ ਇਹ ਚੋਰੀ ਕਰਦੀਆਂ ਨੇ। ਚਾਹੇ ਫਿਰ ਉਹ ਕੱਪੜੇ ਦੀ ਦੁਕਾਨ ਹੋਵੇ, ਚਾਹੇ ਫਿਰ ਉਹ ਬੂਟਾਂ ਦੀ ਦੁਕਾਨ ਹੋਵੇ, ਜ਼ਿਆਦਾਤਰ ਇਹਨਾਂ ਔਰਤਾਂ ਦੇ ਵੱਲੋਂ ਇਹਨਾਂ ਦੁਕਾਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ। ਅਤੇ ਦੁਕਾਨਦਾਰਾਂ ਦਾ ਕਿੰਨਾ ਕੁ ਹੁਣ ਤੱਕ ਇਹ ਸਮਾਨ ਚੋਰੀ ਕਰ ਚੁੱਕੀਆਂ ਨੇ, ਆਓ ਸੁਣਦੇ ਹਾਂ ਦੁਕਾਨਦਾਰਾਂ ਦੀ ਜ਼ੁਬਾਨੀ। ਹਾਂਜੀ ਹਾਂਜੀ, ਇੱਕ ਮਹੀਨਾ ਕੁ ਪਹਿਲਾਂ ਆਈਆਂ ਸੀ ਜੀ, ਕਿਨੇ ਮੈਂ ਹੈ ਨਹੀਂ ਸੀ, ਮੇਰਾ ਬੇਟਾ ਬੈਠਿਆ ਸੀ ਅਤੇ ਪੂਰੇ ਦਾ ਪੂਰਾ ਖਾਨਾ ਹੀ ਸਾਫ਼ ਕਰਕੇ ਲੈ ਗਈਆਂ ਜੀ। ਯਾਨੀ ਕਿ 6-7 ਹਜ਼ਾਰ ਰੁਪਏ ਦਾ ਮਾਲ ਹੈਗਾ ਸੀ ਸਾਡਾ ਜੀ। ਜੋੜੇ ਅਪਰੋਕਸੀਮੇਟਲੀ 20-25 ਦੇ ਵਿੱਚ ਹੈਗੇ ਸੀ ਜੀ। ਨਹੀਂ, ਕਿਸੇ ਨੂੰ ਕੁਛ ਨਹੀਂ ਦੱਸਿਆ ਜੀ। ਕਾਫੀ ਦਿਨਾਂ ਚੋਰੀ ਕਰ ਰਹੇ? ਹਾਂਜੀ ਹਾਂਜੀ ਹਾਂਜੀ, ਬਾਜ਼ਾਰ 'ਚ ਘੁੰਮ ਰਹੇ, ਬਾਜ਼ਾਰ ਵਾਲੇ ਨੇ ਦੱਸਿਆ ਸੀ ਕਿਨੇ ਇਹ ਉਰੇ ਫਿਰਦੀਆਂ ਪਈਆਂ, ਹੁਣ ਸਾਨੂੰ ਪਤਾ ਲੱਗਿਆ, ਅਸੀਂ ਫਿਰ ਉਰੇ ਆ ਗਏ ਦੁਬਾਰਾ ਤੋਂ ਦੇਖਣ। ਮੇਰਾ ਨਾਮ ਪ੍ਰਵੀਨ ਹੈ ਜੀ। ਪ੍ਰਵੀਨ, ਕੀ ਚੋਰੀ ਕਰ ਰਹੀ ਸੀ ਇਹਨਾਂ? 8 ਮਹੀਨਾ ਪਹਿਲੇ ਆਈ ਸੀਗੀ ਮੇਰੀ ਦੁਕਾਨ 'ਤੇ, 5-6 ਸੂਟ ਚੱਕ ਕੇ ਲੈ ਗਏ ਜੀ, 15-15 ਸੌ ਵਾਲੇ ਸੂਟ ਸੀਗੇ ਜੀ ਉਹ। ਅੱਜ ਫਿਰ ਆ ਗਏ ਜੀ ਉਹ, ਪਹਿਲੇ ਵੀ ਮੇਰਾ ਮੁੰਡਾ ਬੈਠਾ ਸੀਗਾ, ਅੱਜ ਵੀ ਮੇਰਾ ਹੀ ਮੁੰਡਾ ਹੀ ਬੈਠਾ ਸੀਗਾ। ਪਛਾਣ ਤਾਂ ਲਿਆ ਉਹਨੇ, ਪਰ ਉਹਨੇ ਮੈਨੂੰ ਬੁਲਾਇਆ ਨਹੀਂ। ਫਿਰ ਅਸੀਂ ਸਕੂਟੀ ਚੱਕ ਕੇ ਬਾਹਰ ਭੱਜੇ, ਦੇਖਿਆ ਫਿਰ ਗੋਪਾਲ ਭਵਨ ਕੋਲ ਚੋਰੀ ਕਰਕੇ ਜਾ ਰਹੀਆਂ ਸੀਗੀਆਂ, ਉੱਥੇ ਇਹਨਾਂ ਨੂੰ ਰੰਗੇ ਹੱਥ ਫੜਿਆ ਜੀ। ਹੁਣ ਸੂਟ ਮਿਲ ਗਏ ਇਹਨਾਂ ਕੋਲ? ਨਹੀਂ, ਸੂਟ ਤਾਂ ਹੁਣ ਤਾਂ ਪੁਰਾਣੇ ਸੂਟ ਹੋਰ ਚੱਕੀ ਬੈਠੀਆਂ, ਮਤਲਬ ਕਿਹਦੇ ਚੋਰੀ ਕਰਕੇ ਲਿਆਈਆਂ ਨੇ। ਕਿੱਥੇ ਰੱਖੇ ਫਿਰ ਇਹ? ਆ ਪਏ ਨੇ ਜੀ। ਸੂਟ ਮਿਲ ਗਏ? ਇਹ ਤਾਂ ਕਿਸੇ ਹੋਰ ਦੇ ਨੇ ਜੀ, ਮੇਰੇ ਵਾਲੇ ਤਾਂ ਮਹੀਨਾ ਪਹਿਲੇ ਲੈ ਗਏ ਸੀਗੇ ਜੀ। ਉਹ ਤਾਂ ਸੂਟ ਕਿਤੇ ਹੋਰ ਚੋਰੀ ਕੀਤੇ ਫਿਰ? ਹਾਂਜੀ, ਇੱਥੇ ਰੰਗਾਂ 'ਤੇ ਫੜ ਲਈਆਂ ਲੋਕਾਂ ਨੇ? ਇਹ ਤਾਂ ਹੁਣ ਅਸੀਂ ਫੜਿਆ ਜੀ, ਅਸੀਂ ਪਛਾਣ ਲਿਆ ਇਹਨਾਂ ਨੂੰ, ਜਾ ਰਹੀਆਂ ਸੀਗੀਆਂ ਇੱਥੋਂ ਫੜ ਲਿਆ ਇਹਨਾਂ ਨੂੰ। ਇਹ 3 ਨਾਲ ਇਕੱਠੀਆਂ ਹੁੰਦੀਆਂ? ਹਾਂਜੀ, 3 ਇਕੱਠੀਆਂ ਹੁੰਦੀਆਂ, ਪਹਿਲੇ ਪਹਿਲੇ 2, ਅੱਜ 3 ਚੇਂਜ ਆਈ ਅੱਜ।